हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। हां ਬੇਟਾ ਪਿਛਲੇ ਕੁਝ ਸਮੇਂ ਤੋਂ ਆਪਾਂ ਜਵਾਰ ਨਵੋਦਿਆ ਦਾਖਲਾ ਪ੍ਰੀਖਿਆ ਦੇ ਲਈ ਤਿਆਰੀ ਕਰਦੇ ਪਏ ਆ। ਔਰ ਬੇਟਾ ਇਹਦੇ ਵਿੱਚ ਆਪਾਂ ਗਣਿਤ ਦੇ ਕਾਫੀ ਪ੍ਰੈਕਟਿਸ ਸੈੱਟ ਕਰ ਚੁੱਕੇ ਆ। ਹੁਣ ਆਪਾਂ ਗੁਣਜ ਅਤੇ ਗੁਣਨਖੰਡਾਂ ਵਾਲੇ ਟੌਪਿਕ ਦੇ ਉੱਤੇ ਚੱਲਦੇ ਪਿਆ ਉਹਦੇ ਦੂਜੇ ਪ੍ਰੈਕਟਿਸ। ਹੁਣ ਬੇਟਾ ਆਪਾਂ ਐਸੇ ਸੈੱਟ ਦੇ ਸਵਾਲ ਨੰਬਰ 16 ਦੇ ਉੱਤੇ ਪਹੁੰਚ ਗਏ। ਦਾ ਫਲ ਹੈ। ਤਾਂ ਬੇਟਾ 13 ਨੂੰ 37 ਵਾਰ ਜੋੜਨ ਦਾ ਫਲ ਇਹ ਅਸਲ ਦੇ ਵਿੱਚ ਗੁਣਾ ਦਾ ਸਵਾਲ ਹੈਗਾ ਹੈ ਠੀਕ ਹੈ ਤਾਂ ਗੁਣਾ ਦਾ ਸਵਾਲ ਕਿਉਂਕਿ 37 ਵਾਰੀ 13 ਜਮਾ 13 ਕਰਾਂਗੇ ਸਾਨੂੰ ਬਹੁਤ ਟਾਈਮ ਲੱਗ ਜੂਗਾ ਅਸੀਂ 13 ਗੁਣਾ 37 ਜਾਂ 37 ਗੁਣਾ 13 ਕਰ ਲਵਾਂਗੇ ਵੱਡੀ ਰਕਮ ਨੂੰ ਉੱਤੇ ਰੱਖਾਂਗੇ ਤਾਂ ਸਾਨੂੰ ਗੁਣਾ ਕਰਨੀ ਸੌਖੀ ਹੋ ਜਾਂਦੀ ਹੈ ਜਦੋਂ ਆਪਾਂ 13 ਦਾ ਪਹਾੜਾ ਸਾਨੂੰ ਆਉਂਦਾ ਹੀ ਹੈ 13 7 91 13 3 39 ਤੇ 9 43 ਤਾ ਬੇਟਾ ਕਿੰਨਾ ਉੱਤਰ ਆ ਗਿਆ 481 3 13 ਨੂੰ 37 ਵਾਰ ਜੋੜਨ ਦਾ ਫਲ ਹੈ ਤਾਂ ਆਪਾਂ ਦੇਖਦੇ ਹਾਂ ਕਿਹੜਾ ਆਲਟਰਨੇਟਿਵ 481 ਹੈਗਾ ਤਾਂ ਬੇਟਾ ਤਿੰਨ ਨੰਬਰ ਆਲਟਰਨੇਟਿਵ ਦੇ ਵਿੱਚ ਉਹਨੇ 481 ਉੱਤਰ ਦਿੱਤਾ ਹੋਇਆ ਤਿੰਨ ਨੰਬਰ ਆਲਟਰਨੇਟਿਵ ਨੂੰ ਐਜ਼ ਅ ਰਾਈਟ ਆਂਸਰ ਅਸੀਂ ਟਿਕ ਕਰ ਦਵਾਂਗੇ ਹੁਣ ਬੇਟਾ ਆਪਾਂ ਐਸੇ ਪ੍ਰੈਕਟਿਸ ਸੈੱਟ ਦੇ 17 ਨੰਬਰ ਸਵਾਲ ਤੇ ਚੱਲਦੇ ਹਾਂ हां बेटा तो ਹੁਣ ਆਪਾਂ ਐਸੇ ਪ੍ਰੈਕਟਿਸ ਸੈੱਟ ਦੇ ਸਵਾਲ ਨੰਬਰ 17 ਦੇ ਉੱਤੇ ਪਹੁੰਚ ਗਏ। ਸਵਾਲ ਨੰਬਰ 17 ਦੇ ਵਿੱਚ ਕੀ ਕਹਿੰਦਾ ਪਿਆ 16 ਤੋਂ 8 ਤਾਂ ਦੀਆਂ ਅਪਾਜ ਸੰਖਿਆਵਾਂ ਦਾ ਜੋੜ ਹੈ। ਤਾਂ ਬੇਟਾ ਆਪਾਂ 16 ਤੋਂ 8 ਤਾਂ ਲੱਭਾਂਗੇ ਕਿਹੜੀਆਂ-ਕਿਹੜੀਆਂ ਅਪਾਜ ਸੰਖਿਆਵਾਂ ਹੈਗੀਆਂ। ਇੱਕ ਤਾਂ ਤੁਹਾਨੂੰ ਪਤਾ ਨਾ ਭਾਜਾ ਨਾ ਅਪਾਜ ਸੰਖਿਆ ਹੈਗੀ ਹੈ ਠੀਕ ਹੈ ਤਾਂ ਸਭ ਤੋਂ ਪਹਿਲੀ ਅਪਾਜ ਸੰਖਿਆ ਆ ਜਾਂਦੀ ਹੈ 2। ਉਦੋਂ ਬਾਅਦ ਦੇ ਵਿੱਚ ਬੇਟਾ 2 ਤੋਂ ਬਾਅਦ ਦੇ ਵਿੱਚ ਅਗਲੀ ਅਭਾਜ ਸੰਖਿਆ ਆ ਜਾਂਦੀ ਹੈ 3 ਠੀਕ ਹੈ ਬੇਟਾ ਇਹਦੂ ਬਾਅਦ ਦੇ ਵਿੱਚ 3 ਤੋਂ ਬਾਅਦ ਦੇ ਵਿੱਚ ਅਗਲੀ ਅਭਾਜ ਸੰਖਿਆ 5 5 ਤੋਂ ਬਾਅਦ ਦੇ ਵਿੱਚ ਇਹਦੂ ਅਗਲੀ ਅਭਾਜ ਸੰਖਿਆ ਆ ਜਾਂਦੀ ਹੈ ਬੇਟਾ 7 ਠੀਕ ਹੈ ਉਦੋਂ ਬਾਅਦ ਦੇ ਵਿੱਚ 8 9 10 ਇਹ ਵੰਡੇ ਜਾਂਦੇ ਫਿਰ ਇਹਦੂ ਅਗਲੀ ਅਭਾਜ ਸੰਖਿਆ ਆ ਜਾਂਦੀ ਸਾਡੇ ਕੋਲੇ 11 ਠੀਕ ਹੈ 11 ਤੋਂ ਬਾਅਦ ਦੇ ਵਿੱਚ 12 ਵੰਡਿਆ ਜਾਂਦਾ 13 ਅਪਹਾਜ ਸੰਖਿਆ ਆ ਜਾਂਦੀ ਹੈ ਸਾਡੇ ਕੋਲੇ ਠੀਕ ਹੈ ਬੇਟਾ 13 ਤੋਂ ਬਾਅਦ 14 ਵੀ ਵੰਡਿਆ ਜਾਂਦਾ 15 ਵੀ ਵੰਡਿਆ ਜਾਂਦਾ ਤਾਂ 16 ਤੋਂ 8ਾਂ ਦੀਆਂ ਉਹਨੇ ਪੁੱਛਿਆ ਸੀ 16 ਤੋਂ 8ਾਂ ਦੀਆਂ ਆ ਆ ਗਈਆਂ ਬੇਟਾ ਸਾਰੀਆਂ ਤਾਂ ਇਹਨਾਂ ਦੀ ਜਦੋਂ ਅਸੀਂ ਗਿਣਤੀ ਕਰਾਂਗੇ 1 2 3 4 5 ਤੇ 6 ਠੀਕ ਹੈ ਤਾਂ ਇਹਨਾਂ ਦਾ ਜੋੜ ਪੁੱਛਦਾ ਪਿਆ ਉਹ ਜੋੜ ਕਿੰਨਾ ਹੋਊਗਾ ਤਾਂ ਅਸੀਂ ਜੋੜ ਦੇਵਾਂਗੇ ਨੂੰ 2 ਤੇ 3 5 ਤੇ 5 10 ਤੇ 7 17 ਤੇ 11 28 ਤੇ 13 41 ਤਾਂ ਬੇਟਾ ਇਹਦਾ ਆ ਤਿੰਨ ਨੰਬਰ ਤੇ ਆਲਟਰਨੇਟਿਵ ਆਨਸਰ 41 ਦਿੱਤਾ ਹੋਇਆ ਤਿੰਨ ਨੰਬਰ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਉਹ ਬੇਟਾ ਤੁਹਾਡੇ ਤੋਂ ਸੰਖਿਆਵਾਂ ਦੀ ਗਿਣਤੀ ਵੀ ਪੁੱਛ ਸਕਦਾ ਸੰਖਿਆਵਾਂ ਦਾ ਜੋੜ ਵੀ ਪੁੱਛ ਸਕਦਾ ਅਸੀਂ ਪ੍ਰਸ਼ਨ ਵੱਲ ਧਿਆਨ ਦੇਣਾ ਪ੍ਰਸ਼ਨ ਦੇ ਵਿੱਚ ਸਾਡੇ ਤੋਂ ਕੀ ਪੁੱਛਿਆ ਹੋਇਆ ਹੁਣ ਬੇਟਾ ਆਪਾਂ ਐਸੇ ਪ੍ਰੈਕਟਿਸ ਸੈੱਟ ਦੇ 18 ਨੰਬਰ ਸਵਾਲ ਤੇ ਚੱਲਦੇ ਹਾਂ ਹਾਂ ਬੇਟਾ ਤਾਂ ਹੁਣ ਆਪਾਂ ਐਸੇ ਪ੍ਰੈਕਟਿਸ ਸੈੱਟ ਦੇ ਸਵਾਲ ਨੰਬਰ 17 ਸੌਰੀ 18 ਦੇ ਉੱਤੇ ਪਹੁੰਚ ਗਏ ਤਾਂ ਸਵਾਲ ਨੰਬਰ 18 ਦੇ ਵਿੱਚ ਕੀ ਕਹਿੰਦਾ ਪਿਆ 15 ਨੂੰ 17 ਵਾਰ ਜੋੜਨ ਤੇ ਕੀ ਜੋਗਫਲ ਪ੍ਰਾਪਤ ਹੋਵੇਗਾ ਤਾਂ ਬੇਟਾ ਜੇ ਅਸੀਂ 17 ਵਾਰੀ 15 15 ਲਿਖਾਂਗੇ ਬਹੁਤ ਸਮਾਂ ਲੱਗ ਜਾਊਗਾ ਅਸਲ ਦੇ ਵਿੱਚ ਇਹ ਗੁਣਾ ਦਾ ਸਵਾਲ ਆ ਸਾਡਾ ਉਹ ਕਨਸੈਪਟ ਕਲੀਅਰ ਕਰਨਾ ਚਾਹੁੰਦਾ ਉਹ ਦੇਖਣਾ ਚਾਹੁੰਦਾ ਵੀ ਕੀ ਇਹਨਾਂ ਨੂੰ ਪਤਾ ਹੈ ਵੀ ਇਹ ਗੁਣਾ ਦਾ ਸਵਾਲ ਹੈਗਾ ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੱਡੀ ਰਕਮ ਨੂੰ ਉੱਤੇ ਲਿਖ ਕੇ ਛੋਟੀ ਨੂੰ ਥੱਲੇ ਲਿਖ ਲਓ ਫੇਰ ਆਪਾਂ ਗੁਣਾ ਥੋੜੀ ਜੀ ਸੌਖੀ ਹੋ ਜਾਂਦੀ ਕਿਉਂਕਿ ਛੋਟਾ ਪਹਾੜਾ ਸਾਨੂੰ ਜ਼ਿਆਦਾ ਚਿੱਤੇ ਹੁੰਦਾ ਹੈ ਹਨਾ ਤਾਂ ਇਹਦਾ ਆਪਾਂ 15 ਦੇ ਪਹਾੜੇ ਤੇ 15 ਸਤਾ 105 ਦਾਸ ਹਾਸਲ ਆ ਗਏ 15 1 15 ਤੇ 10 25 ਠੀਕ ਹੈ ਬੇਟਾ ਤਾਂ ਇਹ ਸਾਡੇ ਕੋਲੇ ਬਣ ਗਿਆ 255 ਤਾਂ ਆਪਾਂ ਬੇਟਾ ਦੇਖਾਂਗੇ ਕਿ ਕਿਹੜਾ ਆਲਟਰਨੇਟਿਵ ਹੈ ਜਿਹੜਾ ਸਾਨੂੰ ਦਿੱਤਾ ਹੋਇਆ ਉਹਨਾਂ ਨੇ ਆ ਬੇਟਾ 255 ਦੇਖੋ ਤਿੰਨ ਨੰਬਰ ਆਲਟਰਨੇਟਿਵ ਦੇ ਵਿੱਚ ਉਹਨੇ 255 ਉੱਤਰ ਸਾਨੂੰ ਦਿੱਤਾ ਹੋਇਆ ਹੈ ਇਸ ਕਰਕੇ ਕਿਉਂਕਿ ਸਾਡਾ ਜੋੜਫਲ 255 ਬਣਦਾ ਪਿਆ ਹੈ ਤਾਂ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਹੁਣ ਬੇਟਾ ਆਪਾਂ ਐਸੇ ਪ੍ਰੈਕਟਿਸ ਸੈਟ ਦੇ ਸਵਾਲ ਨੰਬਰ 19 ਦੇ ਉੱਤੇ ਚੱਲਦੇ ਹਾਂ ਹਾਂ ਬੇਟਾ ਤਾਂ ਹੁਣ ਆਪਾਂ ਐਸੇ ਪ੍ਰੈਕਟਿਸ ਸੈਟ ਦੇ ਸਵਾਲ ਨੰਬਰ 19 ਦੇ ਉੱਤੇ ਪਹੁੰਚ ਗਏ ਕਹਿੰਦਾ 250 ਦੇ ਸਾਰੇ ਗੁਣਖੰਡ ਦੱਸੋ ਤੇ ਬੇਟਾ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਅਸੀਂ ਜਿੰਨਾ ਦੀ ਗੁਣਾ 250 ਅਭਿਆਸ ਦੇ ਨਾਲ ਤੁਹਾਨੂੰ ਪਰਪੱਕ ਹੋ ਜਾਊਗਾ ਤਾਂ ਆਪਾਂ ਲੱਭਦੇ ਹਾਂ 1 250 ਇਹ 250 ਬਣ ਜਾਂਦੇ ਆ ਠੀਕ ਆ ਬੇਟਾ ਫੇਰ 2 ਤੇ ਭਾਗ ਦੇ ਦੋ ਕਰਦੇ ਆ 2 125 250 ਬਣਦੇ ਆ ਠੀਕ ਆ 3 ਤੇ 250 ਵੰਡਿਆ ਨਹੀਂ ਜਾਂਦਾ 4 ਤੇ ਵੀ ਨਹੀਂ ਵੰਡਿਆ ਜਾਂਦਾ 5 ਤੇ ਵੰਡਿਆ ਜਾਂਦਾ 5 50 ਇਹ 250 ਬਣਦੇ ਤੁਸੀਂ ਭਾਗ ਕਰਕੇ ਦੇਖ ਲੈਣਾ ਬੱਤੋ ਠੀਕ ਹੈ 5 ਤੋਂ ਬਾਅਦ 6 ਤੇ ਨਹੀਂ ਜਾਂਦਾ 7 ਤੇ ਨਹੀਂ ਜਾਂਦਾ 8 ਤੇ ਨਹੀਂ ਜਾਂਦਾ 9 ਤੇ ਨਹੀਂ ਜਾਂਦਾ 10 ਤੇ ਜਾਂਦਾ ਠੀਕ ਹੈ 10 25 250 ਠੀਕ ਹੈ ਬੇਟਾ 10 ਤੋਂ ਬਾਅਦ ਦੇ ਵਿੱਚ 11 12 13 14 ਤੇ ਨਹੀਂ ਵੰਡਿਆ ਜਾਂਦਾ 250 ਠੀਕ ਹੈ 15 ਤੇ ਵੀ ਨਹੀਂ ਵੰਡਿਆ ਜਾਂਦਾ ਤਾਂ 16 ਤੇ 17 18 ਤੇ ਵੀ ਨਹੀਂ ਵੰਡਿਆ ਜਾਂਦਾ ਠੀਕ ਹੈ 18 ਦੇ ਉੱਤੇ ਦੇਖੋ ਤੁਸੀਂ 18 11 18 ਤੇ 18 ਉਹ 18 ਤੇ 7 ਨਹੀਂ ਵੰਡਿਆ ਜਾਂਦਾ ਬੇਟਾ 18 ਤੇ ਵੀ ਨਹੀਂ 19 ਤੇ ਵੀ ਨਹੀਂ 20 ਤੇ ਵੀ ਨਹੀਂ 21 22 23 24 ਤੇ 25 ਵਾਲਾ ਪੋਰਸ਼ਨ ਤਾਂ ਸਾਡੇ ਕੋਲੇ 25 ਵਾਲਾ ਇੱਥੇ ਆ ਹੀ ਗਿਆ 25 10 ਹੁੰਦੇ ਠੀਕ ਹੈ ਤਾਂ ਇਹਦੇ ਬੇਟਾ 250 ਦੇ ਸਾਰੇ ਗੁਣਨਖੰਡ ਸਾਡੇ ਕੋਲ ਬਣ ਗਏ 1 2 5 10 25 50 125 ਤੇ 250 ਤਾਂ ਬੇਟਾ ਹੁਣ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਕੀ ਦਿੰਦਾ ਪਿਆ ਆਲਟਰਨੇਟਿਵ ਆਨਸਰ ਦੇ ਵਿੱਚ ਬੇਟਾ ਇਹ ਇਹ ਦਿੰਦਾ ਪਿਆ ਆ ਦੋ ਨੰਬਰ ਆਲਟਰਨੇਟਿਵ ਦੇਖੋ ਸਾਡੇ ਨਾਲ ਸਾਰੇ ਇਹ ਦਲਦੇ ਆ 1 2 5 10 25 50 125 ਤੇ 250 ਤਾਂ ਬੇਟਾ ਇਹੀ ਆਪਾਂ ਕੱਢੇ ਸੀ 1 2 5 10 25 50 125 ਤੇ 250 ਤਾਂ ਦੋ ਨੰਬਰ ਆਲਟਰਨੇਟਿਵ ਹੈ ਜਿਹੜਾ ਸਾਡਾ ਬਿਲਕੁਲ ਰਾਈਟ ਆਨਸਰ ਬਣਦਾ ਪਿਆ ਇਹਨੂੰ ਐਜ਼ ਅ ਰਾਈਟ ਆਪਸ਼ਨ ਅਸੀਂ ਟੈਕ ਕਰ ਦਵਾਂਗੇ ਹੁਣ ਬੇਟਾ ਆਪਾਂ ਆ ਗਏ ਐਸੇ ਸੈੱਟ ਦੇ ਆਖਰੀ ਸਵਾਲ ਦੇ ਉੱਤੇ ਸਵਾਲ ਨੰਬਰ 20 ਦੇ ਉੱਤੇ ਤਾਂ ਬੇਟਾ ਹੁਣ ਆਪਾਂ ਗੁੰਜ ਅਤੇ ਗੁਣਨਖੰਡਾਂ ਦੇ ਦੂਜੇ ਪ੍ਰੈਕਟਿਸ ਸੈੱਟ ਦੇ ਆਖਰੀ ਸਵਾਲ ਦੇ ਉੱਤੇ ਆ ਗਏ ਆਖਰੀ ਸਵਾਲ ਚ ਕੀ ਕਹਿੰਦਾ ਪਿਆ 20 ਨੰਬਰ ਸਵਾਲ ਆ ਇਹ ਕੀ ਕਹਿੰਦਾ ਪਿਆ ਕਹਿੰਦਾ 120 ਦੇ ਅਭਾਜ ਗੁਣਖੰਡ ਹੋਣਗੇ ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਦੋਂ ਅਭਾਜ ਗੁਣਨਖੰਡ ਪੁੱਛਦਾ ਫਿਰ ਆਪਾਂ ਲੰਬੀ ਭਾਗ ਵਿਧੀ ਦੁਆਰਾ ਇਹ ਗੁਣਨਖੰਡ ਕੱਢ ਲੈਣੇ ਆ ਠੀਕ ਹੈ ਤਾਂ ਇਹ ਬੇਟਾ ਸਭ ਤੋਂ ਪਹਿਲਾਂ ਜਾਊਗਾ 2 ਦੇ ਪਹਾੜੇ ਤੇ 2 6 12 0 ਦੀ 0 ਫੇਰ ਬੇਟਾ 2 ਤੇ ਜਾਊਗਾ 2 3 6 ਠੀਕ ਹੈ 3 ਆਗੇ ਫੇਰ ਬੇਟਾ ਇਹ 2 ਤੇ ਜਾਊਗਾ 2 1 2 2 5 10 ਫੇਰ ਬੇਟਾ ਇਹ ਜਾਊਗਾ 3 ਤੇ 3 5 15 ਹੁਣ ਬੇਟਾ 5 ਕਿਸੇ ਪਹਾੜੇ ਤੇ ਨਹੀਂ ਜਾਂਦਾ ਸਿਰਫ 5 ਤੇ ਜਾਂਦਾ ਹੈ ਠੀਕ ਹੈ ਪਰ ਅਸੀਂ ਅਪਹਾਜ ਗੁਣਨਖੰਡ ਲੈਣੇ ਆ ਇੱਕ ਅਪਹਾਜ ਗੁਣਨਖੰਡਾ ਦੇ ਵਿੱਚ ਨਹੀਂ ਆਉਂਦਾ ਤਾਂ ਇਹਦੇ ਗੁਣਨਖੰਡ ਬਣ ਗਏ 2 2 2 3 5 3 ਦੂਵੇ 1 ਤੀਆ ਤੇ 1 ਪੰਜਾ ਬਣ ਗਏ ਗੁਣਨਖੰਡ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਕੀ ਦਿੰਦਾ ਪਿਆ ਤਾਂ ਬੇਟਾ 2 ਨੰਬਰ ਆਲਟਰਨੇਟਿਵ 'ਚ ਦੇਖੋ 1 2 3 ਦੂਵੇ 1 ਤੀਆ ਤੇ 1 ਪੰਜਾ ਤਾਂ ਇਹੀ ਤਾਂ ਬੇਟਾ ਆਪਾਂ ਗੁਣਨਖੰਡ ਕੱਢੇ ਸੀਗੇ ਇਸ ਕਰਕੇ 2 ਨੰਬਰ ਆਲਟਰਨੇਟਿਵ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਤੋ ਬੇਟਾ ਇਹ ਸੀਗਾ ਗੁਣਜ ਅਤੇ ਗੁਣਨਖੰਡਾਂ ਦੇ ਦੂਜੇ ਪ੍ਰੈਕਟਿਸ ਸੈੱਟ ਦਾ ਆਖਰੀ ਸਵਾਲ ਇਹਦੇ ਨਾਲ ਹੀ ਗੁਣਜ ਤੇ ਗੁਣਨਖੰਡਾਂ ਵਾਲਾ ਟੌਪਿਕ ਹੈ ਜਿਹੜਾ ਉਹ ਕੰਪਲੀਟ ਹੋ ਗਿਆ ਬੇਟਾ ਹੁਣ ਆਪਾਂ ਕੱਲ ਤੋਂ ਲਘੁਤਮ ਸਮਾਵਰਤਕ ਤੇ ਮਹੱਤਮ ਸਮਾਵਰਤਕ ਦਾ ਪਹਿਲਾ ਪ੍ਰੈਕਟਿਸ ਸੈੱਟ ਆ ਉਹ ਸ਼ੁਰੂ ਕਰਾਂਗੇ ਤਾਂ ਤੁਸੀਂ ਬੇਟਾ ਇਹਦਾ ਅਭਿਆਸ ਜ਼ਰੂਰ ਕਰ ਲਓ ਕਿਉਂਕਿ ਗਣਿਤ ਨੂੰ ਅਭਿਆਸ ਨਾਲ ਹੀ ਸਿੱਖਿਆ ਜਾ ਸਕਦਾ ਹੈ ਤੇ ਸੋ ਬੇਟਾ ਇਹ ਵੀਡੀਓ ਦੇਖ ਕੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ